ਜਿਹੜੀ ਮੈਂ ਤੀਜੀ ਸਪਰੇਅ ਕੀਤੀ ਆ ਉਹ ਕਿਰਪਾ ਕਰਕੇ ਧਿਆਨ ਨਾਲ ਤੁਸੀਂ ਸੁਣ ਲਓ, ਕਿਉਂਕਿ ਦੋਸਤੋ ਆਪਾਂ ਤੁਹਾਡੇ ਨਾਲ ਬਿਲਕੁਲ ਵੀ ਉਹਲਾ ਨਹੀਂ ਰੱਖਦੇ, ਕਿਉਂਕਿ ਤੁਸੀਂ ਆਪਣਾ ਪਰਿਵਾਰ ਹੋ। ਜਿਹੜੀ ਮੈਂ ਸਪਰੇਅ ਕੀਤੀ ਆ, ਜਿਹੜਾ ਮੈਨੂੰ ਰਿਜ਼ਲਟ ਮਿਲਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਤਾਂ ਮੈਂ ਗੁਲਾਬੀ ਸੁੰਡੀ ਤੋਂ ਤੀਜੀ ਸਪਰੇਅ ਕੀਤੀ ਆ, 180 ml ਕਿੱਲੇ ਦੀ ਪਾਈ ਸੀ ਸਪਾਈਨ ਟੋਰਮ, ਉਹਦੇ ਨਾਲ ਉਹੀ 10,000 PPM ਵਾਲਾ ਨੀਮ ਆਇਲ ਪਾਇਆ ਅਤੇ ਨਾਲ ਇੱਕ ਫੰਗੀਸਾਈਡ, ਕਿਉਂਕਿ ਮੇਰੇ ਏਰੀਏ 'ਚ ਨਾ ਮੀਂਹ ਬਹੁਤ ਜ਼ਿਆਦਾ ਪੈ ਰਿਹਾ, ਥਾਂ ਗਿੱਲੀ ਰਿਹਾ ਗਾ, ਜੇਕਰ ਤੁਹਾਡਾ ਏਰੀਆ ਖੁਸ਼ਕ ਆ ਤਾਂ ਤੁਸੀਂ ਫੰਗੀਸਾਈਡ ਨਾ ਪਾਓ, ਅਤੇ ਨਾਲ ਇੱਕ NPK, ਕਿਉਂਕਿ ਜੇਕਰ ਆਪਾਂ ਇਕੱਲੇ ਚਿੱਟੇ ਮੱਛਰ ਮਗਰ ਫਿਰਦਾਂਗੇ, ਇਕੱਲੇ ਗੁਲਾਬੀ ਸੁੰਡੀ ਮਗਰ ਫਿਰੀ ਜਾਵਾਂਗੇ, ਇਹਨੂੰ ਮਾਰ ਲਈਏ ਤਾਂ ਆਪਾਂ ਬੰਪਰ ਝਾੜ ਨਹੀਂ ਲੈ ਸਕਦੇ। ਤਾਕਤ ਵਾਲੀਆਂ ਸਪਰੇਹਾਂ ਜ਼ਰੂਰੀ ਆ, ਆਹ ਸਪਰੇਅ ਕੀਤੀ ਆ। ਜੇਕਰ ਤੁਹਾਡਾ ਏਰੀਆ ਖੁਸ਼ਕ ਆ ਨਾ, ਹੋ ਸਕਦਾ ਤੁਹਾਡੇ ਏਰੀਏ ਵਿੱਚ ਗੁਲਾਬੀ ਸੁੰਡੀ ਦਾ ਅਟੈਕ ਨਾ ਆਵੇ, ਪਰੰਤੂ ਮੇਰੇ ਏਰੀਏ ਵਿੱਚ ਗੁਲਾਬੀ ਸੁੰਡੀ ਦੇ ਪਤੰਗੇ ਬਹੁਤ ਆ। ਮੈਂ ਜੇਕਰ ਆਪਦੇ ਨਰਮੇ ਦੀ ਕਰਾਂ ਤਾਂ ਹੱਦੋਂ ਵੱਧ ਆ।